ਸ਼ੁਰੂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਇਆ ਪਰ ਇਸ ਵਾਰ ਤੁਹਾਡੀ ਟਿਕਟ ਕੱਟ ਕੇ ਪਰਮਜੀਤ ਸਿੰਘ ਢਿੱਲੋਂ ਨੂੰ ਦਿੱਤੀ ਗਈ ਇਹਦੀ ਮਗਰ ਕੀ ਵਜ੍ਹਾ ਕੀ ਮੰਨਦੇ ਹੋ ਤੁਸੀਂ ਪਾਰਟੀ ਨੇ ਮੈਂ ਸਾਬਦਾ ਕਿ ਸਾਦੂ ਜਮੇ ਨਹੀਂ ਪੁੱਛਿਆ ਗਿਆ ਕਿ ਅਸੀਂ ਟਿਕਟ ਦੇਣ ਲੱਗੇ ਤੁਹਾਨੂੰ ਅਸੀਂ ਪੁੱਛ ਪ੍ਰਤੀਤ ਕਰਕੇ ਤਾਂ ਕਿ ਟਿਕਟਾ ਅਸੀਂ ਇਹ ਦੂਜੇ ਵਿਅਕਤੀ ਨੂੰ ਦੇ ਦਈਏ ਉਸ ਕਰਕੇ ਸਾਡੀ ਜਿਹੜੀ ਪਾਰਟੀ ਦੇ ਨਾਲ ਨਾਰਾਜ਼ਗੀ ਹੋਈ ਉਸ ਨਾਰਾਜ਼ਗੀ ਕਰਕੇ ਅਸੀਂ ਆਵਾਮ ਆਦਮੀ ਪਾਰਟੀ ਦੇ ਵਿੱਚ ਪਾਰਟੀ ਨੂੰ ਛੱਡ ਕੇ ਆਵਾਮ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਤੁਸੀਂ ਅਕਾਲੀ ਦਲ ਸੀ ਤੁਸੀਂ ਆਮ ਆਦਮੀ ਪਾਰਟੀ 'ਚ ਆ ਗਏ ਤਾਂ ਫਿਰ ਇਹ ਪਾਰਟੀਆਂ ਦੀ ਇਹ ਜਿਹੜੀ ਇਹਰ-ਫੇਰ ਚੱਲਦੀ ਹੈ ਇਹਦੇ ਨਾਲ ਲੋਕਾਂ ਦੇ ਵਿੱਚ ਕੀ ਸੋਚ ਬਣਦੀ ਹੈ ਮੈਂ ਹੁਣ ਜੇ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਤਾਂ ਮੈਂ ਫੈਸਲਾ ਇਹ ਕੀਤਾ ਸੀ ਕਿ ਜੇ ਪਾਰਟੀ ਮੈਨੂੰ ਟਿਕਟ ਦੇਊਗੀ ਤਾਂ ਮੈਂ ਇਲੈਕਸ਼ਨ ਜ਼ਰੂਰ ਲੜੂਗਾ ਜੇ ਪਾਰਟੀ ਨਹੀਂ ਟਿਕਟ ਦੇਊਗੀ ਮੈਂ ਫਿਰ ਪਾਰਟੀ ਦੇ ਵਿੱਚ ਰਹਿ ਕੇ ਸੇਵਾ ਕਰੂੰਗਾ ਅੱਡੇਟੀ ਹਿਸਾਬ ਸਾਹਿਬ ਦੀ ਕੋਈ ਕੈਪਟਨ ਮਰਿੰਦਰ ਸਿੰਘ ਵਾਲੀ ਪਾਰਟੀ ਸੀ ਜਾਂ ਆਮ ਪਾਰਟੀਆਂ ਨੇ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਆ ਸਾਰਿਆਂ ਨੇ ਵੀ ਤੁਸੀਂ ਆ ਜਾਓ ਜੀ ਇੱਧਰ ਤੁਹਾਨੂੰ ਟਿਕਟ ਦਿੰਨੇ ਆ ਭਾਈ ਕਮਾਂਡ ਨੇ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰਮ ਜੀ ਢਿੱਲੂ ਨੇ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਨਾਲ ਤੁਰੋ ਤੁਸੀਂ ਪੁਰਾਣੇ ਆਗੂ ਜੀ ਆਏ ਨੇ ਮੇਰੇ ਕੋਲ ਸਾਰੇ ਆ ਕੇ ਆ ਕੇ ਗਏ ਨੇ ਕਾਲੀ ਦਰ ਦੇ ਇੰਚਾਰਜ ਤੁਸੀਂ ਰਹੇ ਹੋ ਤੇ ਸਿੱਧਾ ਸਿੱਧਾ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਜਦੋਂ ਉਹ ਸਰਕਾਰਾਂ 'ਚ ਸੀਗੇ ਕਿ ਤੁਸੀਂ ਉਦੋਂ ਕੰਮ ਨਹੀਂ ਕਰ ਸਕੇ ਤੇ ਹੁਣ ਤੁਸੀਂ ਫਿਰ ਕਹਿੰਦੇ ਜੀ ਅਸੀਂ ਆਮ ਆਦਮੀ ਪਾਰਟੀ ਜਾ ਕੇ ਵਿਕਾਸ ਕਰਾਂਗੇ ਜੋ ਸਾਨੂੰ ਫੰਡ ਆਉਂਦੇ ਰਹੇ ਨੇ ਇਨ ਬੈਨ ਅਸੀਂ ਜੋ ਇੱਥੇ ਭੇਜਦੇ ਵੀ ਰਹੇ ਆ ਹਲਕਾ ਸਮਰਾਲਾ ਦੀ ਜਦੋਂ ਗੱਲ ਕਰਦੇ ਆ ਤੇ ਜਦੋਂ ਪੁਰਾਣਾ ਕਹਿੰਦੇ ਦਹਾਕਿਆਂ ਦੇ ਇਤਿਹਾਸ ਚੱਕਦੇ ਆ ਤਾਂ ਕਦੇ ਇਹ ਟਕਸਾਲੀ ਪੰਥਕ ਸੀਟ ਮੰਨੀ ਜਾਂਦੀ ਸੀ ਬਾਅਦ ਵਿੱਚ ਕਾਂਗਰਸ ਦੀ ਕਹਦੀ ਹੈ ਸਰਕਾਰ ਜਦੋਂ ਆਉਂਦੀ ਹੈ ਤਾਂ ਉਥੇ ਕਾਂਗਰਸ ਦੇ ਐਮਐਲਏ ਬਣਦੇ ਨੇ ਤੇ ਪਿਛਲੇ 25 ਸਾਲ ਤੋਂ ਚਾਰ ਵਾਰ ਅਮਰੀਕ ਸਿੰਘ ਢਿੱਲੋਂ ਨੇ ਜਿਹੜੇ ਉਹ ਐਮਐਲਏ ਰਹੇ ਨੇ ਪਰ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਵਾਰ ਅਕਾਲੀ ਦਲ ਨੇ ਪਰਮਜੀਤ ਸਿੰਘ ਢਿੱਲੋਂ ਨੂੰ ਮੌਕਾ ਦਿੱਤਾ ਜਦ ਕਿ ਜਗਜੀਤ ਸਿੰਘ ਖੀਰਨੀਆ ਕਿਰਪਾਲ ਸਿੰਘ ਖੀਰਨੀਆ ਦਾ ਪਰਿਵਾਰ ਸੀ ਉਹ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ ਪਰ ਇਸ ਵਾਰ ਉਹਨਾਂ ਦੀ ਟਿਕਟ ਕੱਟੀ ਗਈ ਹੈ ਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਕਿਉਂ ਕ وجہ ਕੀ ਬਣੀ ਟਿਕਟ ਨਹੀਂ ਦਿੱਤੀ ਇਸ ਦੀ ਕੀ وجہ ਬਣੀ ਤੇ ਹੁਣ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਇਸ ਸਬੰਧੀ ਆਪਾਂ ਉਹਨਾਂ ਤੋਂ ਸਵਾਲ ਕਰਦੇ ਆਂ ਖਿਰਨੇ ਜੀ ਸਤਿਕਾਰ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀ ਜੀ ਤੁਹਾਡੇ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਪੰਥਕ ਪਰਿਵਾਰ ਆ ਸ਼ੁਰੂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਹੋਂ ਪਰ ਇਸ ਵਾਰ ਆ ਤੁਹਾਡੀ ਟਿਕਟ ਕੱਟ ਕੇ ਪਰਮਜੀਤ ਸਿੰਘ ਢਿੱਲੋਂ ਨੂੰ ਦਿੱਤੀ ਗਈ ਇਹਦੀ ਮਗਰ ਕੀ ਵਜ੍ਹਾ ਕੀ ਮੰਨਦੇ ਹੋ ਤੁਸੀਂ ਨਹੀਂ ਪਹਿਲਾਂ ਤਾਂ ਅਸੀਂ ਤਾਂ ਤਕਰੀਬਨ ਇਹ ਕਹਿ ਦੀਏ ਕਿ ਤਕਰੀਬਨ 50 60 ਸਾਲਾਂ ਤੋਂ ਸਾਡੇ ਅਸੀਂ ਤਾਂ ਕਾਲੀ ਦਲ ਤੋਂ ਬਿਨਾਂ ਕਦੇ ਵੋਟੇ ਨਹੀਂ ਪਾਈ ਸੀ ਜੀ ਜ਼ਰੂਰੀ ਨਹੀਂ ਹੁੰਦਾ ਕਿ ਮੈਨੂੰ ਟਿਕਟ ਦਿੱਤੀ ਜਾਵੇ ਜਾਂ ਕਿਸੇ ਕੋਈ ਵੀ ਵਿਅਕਤੀ ਲੈ ਜਾ ਸਕਦਾ ਜਿਹੜੇ ਆਮ ਵਰਕਰ ਹੁੰਦੇ ਨੇ ਵਰਕਰ ਨੂੰ ਵੀ ਦੇ ਸਕਦੇ ਆ ਕੋਈ ਅਹੁਦੇਦਾਰ ਨੂੰ ਵੀ ਦੇ ਸਕਦੇ ਆ ਟਿਕਟ ਲੇਕਿਨ ਜਦੋਂ ਆਪਾਂ ਟਿਕਟ ਦਿੰਨੇ ਵੀ ਆ ਕਿਸੇ ਨੂੰ ਤਾਂ ਮੈਂ ਸਮਝਦਾ ਕਿ ਮਿਲ ਬੈਠ ਕੇ ਆਪਾਂ ਸਾਰਾ ਫੈਸਲਾ ਕਰਦੇ ਆਂ ਵੀ ਆਪਾਂ ਟਿਕਟ ਇਹ ਤੁਹਾਨੂੰ ਨਹੀਂ ਦੇ ਸਕਦੇ ਆਪਾਂ ਫਲਾਣੇ ਨੂੰ ਦੇ ਸਕਦੇ ਆ ਪਾਰਟੀ ਨੇ ਮੈਂ ਸਮਝਦਾ ਕਿ ਸਾਨੂੰ ਜਵੇਂ ਹੀ ਪੁੱਛਿਆ ਗਿਆ ਕਿ ਅਸੀਂ ਟਿਕਟ ਦੇਣ ਲੱਗੇ ਤਾਂ ਉਹਨੂੰ ਅਸੀਂ ਪੁੱਛ ਪ੍ਰਤੀਤ ਕਰਕੇ ਤਾਂ ਕਿ ਟਿਕਟਾ ਸੀ ਇਹ ਦੂਜੇ ਵਿਅਕਤੀ ਨੂੰ ਦੇ ਦਈਏ ਉਸ ਕਰਕੇ ਸਾਡੀ ਜਿਹੜੀ ਪਾਰਟੀ ਦੇ ਨਾਲ ਨਾਰਾਜ਼ਗੀ ਹੋਈ ਉਸ ਨਾਰਾਜ਼ਗੀ ਕਰਕੇ ਅਸੀਂ ਆਵਾਮ ਆਦਮੀ ਪਾਰਟੀ ਦੇ ਵਿੱਚ ਪਾਰਟੀ ਨੂੰ ਛੱਡ ਕੇ ਆਵਾਮ ਦੀ ਪਾਰਟੀ ਵੀ ਸ਼ਾਮਿਲ ਹੋ ਗਏ ਸੀਗੇ ਕਿਰਪਾਲ ਸਿੰਘ ਖੀਰ ਨੇ ਉਹਨਾਂ ਦਾ ਜੇਕਰ ਸੁਖ ਦੀ ਗੱਲ ਕਰੀ ਤਾਂ ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਚੰਗੀ ਬਣਦੀ ਸੀਗੀ ਬਹੁਤ ਨੇੜਤਾ ਸੀ ਪਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪੁੱਤ ਤੋਂ ਤੁਸੀਂ ਤੁਹਾਡੀ ਆਪਸ ਦੇ ਵਿੱਚ ਫਿਰ ਕਿਹਦੀ ਦੂਰੀਆਂ ਵਧ ਗਈਆਂ ਨਹੀਂ ਕੋਈ ਦੂਰੀਆ ਨਹੀਂ ਸੀ ਜੇ ਅਸੀਂ ਤਾਂ ਜੋ ਪਾਰਟੀ ਦਾ ਹੁਕਮ ਸੀ ਜਿੱਥੇ ਵੀ ਅਸੀਂ ਪਾਰਟੀ ਦੀ ਕੋਈ ਮੈਂ ਅਕਾਲੀ ਦਲ ਚਿਰ ਤਨ ਮੰਨ ਧੰਦੇ ਨਾਲ ਅਸੀਂ ਪਾਰਟੀ ਦੀ ਸੇਵਾ ਕੀਤੀ ਆ ਤੇ ਦੂਜੇ ਪਾਸੇ ਜੇ ਗੱਲ ਕਰੀਏ ਜੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਵੀ ਤਨਮਨ ਧੰਦੇ ਨਾਲ ਸੇਵਾ ਕਰਨੀ ਆ ਜਿਹੜਾ ਪਾਰਟੀ ਦਾ ਕੋਈ ਆਮ ਵੀ ਵਰਕਰ ਆ ਉਹਦਾ ਫਰਜ਼ ਬਣਦਾ ਹੁੰਦਾ ਜੋ ਪਾਰਟੀ ਦੀਆਂ ਨੀਤੀਆਂ ਨੇ ਉਹਨਾਂ ਨੂੰ ਘਰ ਘਰ ਪਹਚਾਈਏ ਅਸੀਂ ਉੱਥੇ ਵੀ ਪਹਚਾਈਏ ਨੇ ਇੱਥੇ ਵੀ ਅਸੀਂ ਪਹਚਾਉਣ ਦਾ ਪ੍ਰਾਲਾ ਕਰ ਰਹੇ ਆ ਸੋ ਮੇਰਾ ਮਕਸਦ ਕਹਿਣ ਤੋਂ ਪਹਿਲਾਂ ਜੇ ਜਗਤਾਰ ਸਿੰਘ ਅੱਜ ਦਿਆਲਪੁਰ ਨੂੰ ਆਮ ਆਦਮੀ ਪਾਰਟੀ ਬਲੂ ਟਿਕਟ ਦਿੱਤੀ ਗਈ ਆ ਤਾਂ ਅਸੀਂ ਇਹਦੀ ਤਨਮਨ ਧੰਦੇ ਨਾਲ ਸੇਵਾ ਵੀ ਕਰ ਰਹੇ ਆ ਔਰ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਪ੍ਰਚਾਰ ਦੇ ਵਿੱਚ ਜੁਟੇ ਹੋਏ ਆ ਚੋਣਾਂ ਦੇ ਵਿੱਚ ਪੰਜਾਬ ਦੀ ਜੇ ਭਾਵੇਂ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਨਾ ਜਦੋਂ ਇਲੈਕਸ਼ਨ ਨੇੜੇ ਆ ਜਾਂਦੇ ਨੇ ਤਾਂ ਜਿੱਧਰ ਟਿਕਟਾਂ ਮਿਲਦੀਆਂ ਨੇ ਉਧਰ ਲੋਕ ਚੱਲ ਜਾਂਦੇ ਨੇ ਆਗੂ ਚੱਲ ਜਾਂਦੇ ਨੇ ਜਿਹਦੀ ਟਿਕਟ ਕੱਟੀ ਜਾਂਦੀ ਦੂਜੀ ਪਾਰਟੀ ਚ ਲਿਆ ਜਾਂਦਾ ਹੁਣ ਪਰਮਜੀਤ ਸਿੰਘ ਢਿੱਲੋਂ ਨੇ ਜਿਹੜੇ ਉਹ ਪਹਿਲਾਂ ਅਕਾਲੀ ਦਲ ਚ ਰਹੇ ਉਹ ਆਪਣੇ ਆਮ ਆਦਮੀ ਪਾਰਟੀ ਚ ਗਏ ਉੱਥੇ ਉਹੋ ਛੋਟੇਪੁਰ ਨਾਲ ਸੀਗੇ ਉਹਨਾਂ ਨੇ ਕਿਹਾ ਵੀ ਸ਼ਾਇਦ ਤਾਂ ਟਿਕਟ ਕੱਟੀ ਗਈ ਤੇ ਉਹ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਿਆ ਤੇ ਤੁਸੀਂ ਅਕਾਲੀ ਦਲ ਸੀ ਤੇ ਤੁਸੀਂ ਆਮ ਆਦਮੀ ਪਾਰਟੀ 'ਚ ਆ ਗਏ ਤਾਂ ਫਿਰ ਇਹ ਪਾਰਟੀਆਂ ਦੀ ਇਹ ਜਿਹੜੀ ਇਹਰ-ਫੇਰ ਚੱਲਦੀ ਹੈ ਇਹਦੇ ਨਾਲ ਲੋਕਾਂ ਦੇ ਵਿੱਚ ਕੀ ਸੋਚ ਬਣਦੀ ਹੈ ਨਹੀਂ ਮੈਂ ਹੁਣ ਜੇ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਤਾਂ ਮੈਂ ਫੈਸਲਾ ਇਹ ਹੀ ਕੀਤਾ ਸੀ ਵੀ ਜੇ ਪਾਰਟੀ ਮੈਨੂੰ ਟਿਕਟ ਦੇਊਗੀ ਤਾਂ ਮੈਂ ਇਲੈਕਸ਼ਨ ਜ਼ਰੂਰ ਲੜੂੰਗਾ ਜੇਡ ਪਾਰਟੀ ਨਹੀਂ ਛੇਡ ਦਵੂੰਗੀ ਮੈਂ ਫਿਰ ਪਾਰਟੀ ਦੇ ਵਿੱਚ ਰਹਿ ਕੇ ਸੇਵਾ ਕਰੂੰਗਾ ਮੈਨੂੰ ਹੋਰ ਪਾਰਟੀਆਂ ਚਾਹੇ ਉਹ ਆ ਬੀਜੇਪੀ ਦੀ ਪਾਰਟੀ ਸੀ ਜਾਂ ਕੋਈ ਹੋਰ ਪਾਰਟੀ ਢੀਂਸਾ ਸਾਹਿਬ ਦੀ ਕੋਈ ਕੈਪਟਨ ਮਰਿੰਦਰ ਸਿੰਘ ਵਾਲੀ ਪਾਰਟੀ ਸੀ ਜਾਂ ਆਪ ਪਾਰਟੀਆਂ ਨੇ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਆ ਸਾਰਿਆਂ ਨੇ ਵੀ ਤੁਸੀਂ ਆਜੋ ਜੀ ਇੱਧਰ ਤੁਹਾਨੂੰ ਟਿੱਟ ਦੇਣੇ ਆ ਲੇਕਿਨ ਮੇਰਾ ਫਰਜ਼ ਬਣਦਾ ਵੀ ਲੋਕਾਂ ਦੀ ਜਿਹੜੇ ਮੇਰੇ ਵਰਕਰ ਨੇ ਉਹਨਾਂ ਦੀ ਲੋਕਾਂ ਨੇ ਸਾਰਿਆਂ ਨੇ ਰਹਿ ਦਿੱਤਾ ਵੀ ਜਿੱਥੇ ਤੁਸੀਂ ਹੈ ਉੱਥੇ ਹੀ ਆਪਣਾ ਫਰਜ਼ ਬਣਦਾ ਲੋਕਾਂ ਦੀ رائے ਦੇ ਮੁਤਾਬਕ ਅਸੀਂ ਫੈਸਲਾ ਕੀਤਾ ਵੀ ਇਸ ਪਾਰਟੀ ਦੇ ਵਿੱਚ ਹੀ ਰਹਿ ਕੇ ਸਰਦਾਰ ਜਗਤਾਰ ਸਿੰਘ ਦੇ ਹਲ ਪਰੇ ਨੂੰ ਅਸੀਂ ਬੜੀ ਤਿੰਨ ਜਿੱਤਾਂ ਮੰਗਦੇ ਕਿ ਇਹ ਨਰਾਜ਼ਗੀਆਂ ਹੁੰਦੀਆਂ ਨੇ ਟਿਕਟ ਦੂਜੇ ਪਾਸੇ ਨੂੰ ਮਿਲ ਗਈ ਪਰ ਹਾਈ ਕਮਾਂਡ ਨੇ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰਮਜੀ ਢਿੱਲੋਂ ਨੇ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਸਾਡੇ ਨਾਲ ਤੁਰੋ ਤੁਸੀਂ ਪੁਰਾਣੇ ਆਗੂ ਵੀ ਆਏ ਨੇ ਮੇਰੇ ਕੋਲ ਸਾਰੇ ਆ ਕੇ ਆ ਕੇ ਗਏ ਨੇ ਜਿਹੜਾ ਕੋਈ ਇਲੈਕਸ਼ਨ ਦੇ ਵਿੱਚ ਖੜਾ ਉਹਨਾਂ ਨੂੰ ਸਾਰਿਆਂ ਦੀ ਲੋੜ ਹੁੰਦੀ ਆ ਪਾਰਟੀ ਨੇ ਵੀ ਮੇਰੇ ਨਾਲ ਤੱਕ ਪਹੁੰਚ ਕੀਤੀ ਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਪਹੁੰਚ ਕੀਤੀ ਆ ਹੋਰ ਸੀਨੀਅਰ ਲੀਡਰਸ਼ਿਪ ਨੇ ਮੇਰੇ ਨਾਲ ਪਹੁੰਚ ਕੀਤੀ ਆ ਲੇਕਿਨ ਜਿਹੜੇ ਸਾਡੇ ਵਰਕਰ ਸੀ ਉਹਨਾਂ ਦੀ ਸਲਾਹ ਲੈਣਾ ਬੜਾ ਜ਼ਰੂਰੀ ਸੀ ਤੇ ਉਹਨਾਂ ਨੇ ਆ ਕੇ ਵੀ ਜਿੱਥੇ ਆਪਾਂ ਹੁਣ ਖ ਕਰ ਦਿੱਤਾ ਪਾਰਟੀ ਨੇ ਸਾਨੂੰ ਮਨਜ਼ੂਰ ਆ ਅਸੀਂ ਉਹਦੀ ਮਦਦ ਗੱਡ ਕੇ ਕਰਾਂਗੇ ਔਰ ਜਿੱਤ ਕੇ ਝੋਲੀ ਪਾਵਾਂਗੇ ਪਾਰਟੀ ਦੇ ਅਸੀਂ ਖੁੰਡਾਂ ਦੇ ਉੱਤੇ ਕੀ ਇਹ ਚਰਚਾ ਹੁੰਦੀ ਹੈ ਕਿ ਜਦੋਂ ਇੱਕ ਪਾਰਟੀ ਜਿਹੜੀ ਆ ਉਹ ਆਪਣੇ ਉਮੀਦਵਾਰੀ ਟਿਕਟ ਕੱਟਦੀ ਹੈ ਤਾਂ ਉਹਦਾ ਇਹ ਜ਼ੋਰ ਲੱਗ ਜਾਂਦਾ ਕਿ ਜਿਹੜਾ ਹੁਣ ਉਮੀਦਵਾਰ ਆ ਮੈਂ ਉਹਨੂੰ ਹਰਾਵਾਂ ਤਾਂ ਕਰਕੇ ਉਹ ਦੂਜੀਆਂ ਪਾਰਟੀਆਂ ਚੱਲ ਜਾਂਦੇ ਨੇ ਤਾਂ ਇਹ 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 ਲੋਕਾਂ ਦੀ ਜਿਹੜੇ ਇਹ ਇਲਜ਼ਾਮ ਨੇ ਕਿੰਨੇ ਇੱਕ ਸਹੀ ਮੰਨਦੇ ਹੋ ਇਹ ਚੀਜ਼ ਨੂੰ ਨਹੀਂ ਉਹਦਾ ਪੋਜੀਸ਼ਨ ਇਹਦੇ ਚ ਵੀ ਜਿਹੜੇ ਲੋਕ ਹੁੰਦੇ ਨੇ ਸਾਡੀ ਇਹ ਸੋਚ ਨਹੀਂ ਵੀ ਅਸੀਂ ਉਹ ਹਰਾਵਾਂਗੇ ਅਸੀਂ ਜਗਤਾਰ ਸਿੰਘ ਨੂੰ ਜੋ ਜੇ ਨਹੀਂ ਟਿਕਟ ਮਿਲੀ ਅਸੀਂ ਜਗਤਾਰ ਸਿੰਘ ਸਾਡਾ ਛੋਟਾ ਭਰਾ ਬਹੁਤ ਮਿਹਨਤੀ ਆ ਵਰਕਰ ਆ ਗਰੀਬ ਆ ਔਰ ਸਾਡਾ ਫਰਜ਼ ਬਣਦਾ ਕਿ ਜੇ ਪਾਰਟੀ ਨੇ ਉਹ ਟਿਕਟ ਦਿੱਤੀ ਅਸੀਂ ਇਹਦੇ ਨਾਲ ਖੜ ਕੇ ਮਦਦ ਕਰਾਂਗੇ ਕੋਈ ਪ੍ਰੋਬਲਮ ਨਹੀਂ ਗੱਲ ਨਹੀਂ ਸਾਡੀ ਕੇਜਰੀ ਵਾਲਾ ਸਾਹ ਨਾਲ ਵੀ ਗੱਲ ਹੋਈ ਆ ਭਗਵੰਤ ਮਾਨ ਜੀ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਸਾਨੂੰ ਮੈਨੂੰ ਬਲਕਿ ਇਸ ਹਲਕੇ ਦੀ ਕਮਾਲ ਸੰਭਾਲੀ ਇਸ ਕਰਕੇ ਵੀ ਤੁਸੀਂ ਇਹਦੇ ਨਾ ਮੋਢੇ ਨਾ ਮੋਢਾ ਲਾ ਕੇ ਇਹਦੀ ਜਿਹੜੀ ਇਲੈਕਸ਼ਨ ਕੰਪੇਨ ਆ ਇਹਨੂੰ ਚਲਾਉਣਾ ਔਰ ਜਿੱਤ ਪ੍ਰਾਪਤ ਆ ਭਾ ਸਾਰਿਆਂ ਨੇ ਨਾਲੇ ਮਿਲ ਕੇ ਮੈਂ ਇਕੱਲਾ ਨਹੀਂ ਕਰ ਸਕਦਾ ਵਰਕਰਾਂ ਦੇ ਸਿਰ ਤੇ ਜਿਹੜੀ ਜਿੱਤਾਂ ਹੁੰਦੀਆਂ ਨੇ ਵਰਕਰ ਸਾਡੇ ਨਾਲ ਕੱਢ ਨੇ ਅਸੀਂ ਦੋਨੇ ਭਰਾ ਰੌਲੇ ਮਿਲ ਕੇ ਇਲੈਕਸ਼ਨ ਦੇ ਵਿੱਚ ਕੁੱਦੇ ਔਰ ਜਿੱਤ ਪ੍ਰਾਪਤ ਕਰਾਂਗੇ ਸਮਰਾਲਾ ਹਲਕੇ 'ਚ ਤੁਹਾਡਾ ਆਪਣਾ ਰਸੂਖ ਹੁੰਦਾ ਹੈ ਨਾ ਜਦੋਂ ਆਪਾਂ ਨੇ ਦੂਜੀ ਪਾਰਟੀ ਸ਼ਾਮਲ ਹੁੰਦਾ ਆਪਣੇ ਕੁਝ ਏਜੰਡੇ ਹੁੰਦੇ ਨੇ ਆਪਣੀਆਂ ਕੁਝ ਗੱਲਾਂ ਹੁੰਦੀਆਂ ਨੇ ਕਈ ਵਾਰ ਚਲੋ ਆਪਾਂ ਕੈਮਰੇ ਤੇ ਨਹੀਂ ਕਰ ਪਾਉਂਦੇ ਹੁੰਦੇ ਪਰ ਜਦੋਂ ਆਪਾਂ ਨੇ ਦੂਜੀ ਪਾਰਟੀ ਜਿਹੜਾ ਆਪਾਂ ਨੇ ਮੰਗਾ ਰੱਖਿਆ ਨੇ ਜੀ ਆਹ ਨੁਕਤੇ ਮੇਰੇ ਹੈਗੇ ਨੇ ਤੇ ਉਹਨਾਂ ਦੇ ਵਿੱਚ ਤੁਸੀਂ ਸਮਰਾਲਾ ਹਲਕੇ ਦੇ ਵਿੱਚ ਲੰਬੇ ਅਰਸੇ ਤੋਂ ਵਿਚਰਦੇ ਆ ਰਹੇ ਹੋ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਹਾਡੀ ਖਾਸ ਗੱਲ ਹੋਈ ਸੀ ਨਹੀਂ ਦੇਖੋ ਜਿਹੜਾ ਆਪਾਂ ਆਮ 75 ਸਾਲ ਹੋ ਗਏ ਸਰਕਾਰਾਂ ਬਣਦੀਆਂ ਨੂੰ ਕਦੇ ਕਾਲੀ ਆਗੇ ਕਦੇ ਕਾਂ ਅਸੀਂ ਵੀ ਰਹੇ ਹਾਂ ਐਮਐਲਏ ਰਹੇ ਹਾਂ ਅਕਾਲੀ ਦਲ ਵੱਲੋਂ ਲੇਕਿਨ ਪੋਜੀਸ਼ਨਾਂ ਵੀ ਜਿਹੜਾ ਪੰਜਾਬ ਆ ਉਹ ਗਲੀਆਂ ਨਾਲੀਆਂ ਦੇ ਵਿੱਚ ਉੜਜੇ ਪਿਆ ਇਹਨੂੰ ਵਿਕਾਸ ਨਹੀਂ ਕਹਿੰਦੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਹਸਪਤਾਲਾਂ ਨੂੰ ਸੁਧਾਰਨ ਦਾ ਉਪਰਾਲਾ ਕੀਤਾ ਬਹੁਤ ਬਹੁਤ ਵਧੀਆ ਹਸਪਤਾਲ ਬਣਾਏ ਨੇ ਫ੍ਰੀ ਇਲਾਜ ਕਰਿਆ ਜਾਂਦਾ ਉੱਤੇ ਸਕੂਲਾਂ ਦੀ ਦਸ਼ਾ ਸੁਧਾਰੀ ਆ ਬਹੁਤ ਉੱਚਾ ਮਿਆਰ ਆ ਜਿਹੜਾ ਵਿੱਦਿਆ ਦਾ ਇਹੋ ਜਿਹੀਆਂ ਜਿਹੜੀਆਂ ਕੋਈ ਬਿਜਲੀ ਦੀ ਮਾਫੀ ਵਾਲੀ ਗੱਲ ਆ ਉੱਤੇ ਪਾਣੀ ਦਾ ਫ੍ਰੀ ਹੋਣਾ ਉੱਤੇ ਹੋਰ ਵੱਡੀਆਂ ਸਹੂਲਤਾਂ ਨੇ ਜਿਹੜੀਆਂ ਉੱਥੇ ਦਿੱਲੀ ਦੇ ਵਿੱਚ ਕੀਤੇ ਨੇ ਲੋਕਾਂ ਨੇ ਆਪ ਲੋਕਾਂ ਨੇ ਆਪ ਇਸ ਇੱਕ ਚੀਜ਼ ਦੀ ਮੰਗ ਕੀਤੀ ਹੈ ਵੀ ਜੇ ਤੁਸੀਂ ਦਿੱਲੀ ਸੁਧਾਰ ਸਕਦੇ ਹੋ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਸੁਧਾਰ ਸਕਦੇ ਕੋਈ ਪੰਜਾਬ ਦੇ ਵਿੱਚ ਬਹੁਤ ਸੋਰਸਸ ਨੇ ਤੇ ਲੈਣਾ ਚਾਹੂੰਗਾ ਕਾਂਗਰਸ ਪਾਰਟੀ ਦੇ ਉੱਤੇ ਕਿਉਂਕਿ ਇਸ ਵਾਰ ਅਮਰੀਕ ਸਿੰਘ ਢਿੱਲੋਂ 25 ਸਾਲ ਤੋਂ ਕਾਂਗਰਸ ਦੀ ਉਮੀਦਵਾਰੀ ਉਹਦੇ ਕੋਲ ਸੀ ਇਸ ਵਾਰ ਰਾਜਾ ਗਿੱਲ ਨੂੰ ਜਿਹੜੀ ਟਿਕਟ ਮਿਲੀ ਹੈ ਤੇ ਇਸ ਉੱਤੇ ਤੁਹਾਡਾ ਕੀ ਕਮੈਂਟ ਹੈ ਤੁਹਾਨੂੰ ਫਾਇਦਾ ਹੋ ਰਿਹਾ ਹੈ ਇਸ ਚੀਜ਼ ਦਾ ਇਹਦੇ ਉੱਤੇ ਕੀ ਕਹੋਗੇ ਮੈਂ ਤਾਂ ਸਮਝਦਾ ਕਿ ਇਹ ਪਾਰਟੀ ਦਾ ਉਹਨਾਂ ਦਾ ਇੰਟਰਨਲ ਮਾਮਲਾ ਵੀ ਉਹਨਾਂ ਨੇ ਕਿਉਂ ਨਹੀਂ ਟਿਕਟ ਦਿੱਤੀ ਗਈ ਉਹ ਚਾਰ ਬਾਰ ਐਮਐਲਏ ਰਹੇ ਨੇ ਮੌਜੂਦਾ ਐਮਐਲਏ ਰਹੇ ਨੇ ਉਹ ਕਹਿੰਦੇ ਅਸੀਂ ਕੰਮ ਬੜ ਲੋਕਾਂ ਦੇ ਵਿੱਚ ਮੈਂ ਸਮਝਦਾ ਕਿ ਉਹਦਾ ਜਿਹੜਾ ਉਹਨਾਂ ਦਾ ਰਿਪੋਰਟ ਕਾਰਡ ਆ ਉਹ ਮੈਂ ਸਮਝਦਾ ਉਹਨਾਂ ਦਾ ਕਿ ਸਹੀ ਨਹੀਂ ਆਇਆ ਜਿਨੀ ਚਾਰ ਵਾਰ ਐਮਐਲਏ ਬਣਿਆ ਹੋਵੇ ਤੇ ਉਹਦਾ ਰਿਪੋਰਟ ਕਾਰਡ ਨਾ ਠੀਕ ਆਵੇ ਉਹ ਉਹ ਉਹਨਾਂ ਦਾ ਪਾਰਟੀ ਦਾ ਜਿਹੜਾ ਇੰਟਰਨਲ ਮਾਮਲਾ ਹੈ ਉਹਦੇ ਵਿੱਚ ਮੈਂ ਕੁਝ ਨਹੀਂ ਕਰਨਾ ਚਾਹੁੰਦਾ ਲੇਕਿਨ ਮੈਂ ਸਮਝਦਾ ਕਿ ਜੋ ਸਾਨੂੰ ਲੋਕਾਂ ਦੇ ਵਿੱਚ ਉਹ ਹੰਗਾਰਾ ਮਿਲ ਰਿਹਾ ਸੀ ਪਿੰਡ ਪਿੰਡ ਜਾ ਰਹੇ ਆ ਅੱਜ ਵੀ 15 ਪਿੰਡਾਂ ਦਾ ਦੌਰਾ ਸੀ ਤਕਰੀਬਨ 60-70 ਪਿੰਡ ਕੱਢ ਦਿੱਤੇ ਨੇ ਸੋ ਮੈਨੂੰ ਪੂਰਨ ਉਮੀਦ ਆ ਕਿ ਜਿਸ ਤਰ੍ਹਾਂ ਦਾ ਭਾਰਮਾ ਹੰਗਾਰਾ ਲੋਕਾਂ ਨੇ ਇਸ ਵਾਰ ਫੈਸਲਾ ਕਰ ਲਿਆ ਕਿ ਰਵੈਤੀ ਪਾਰਟੀ ਨੂੰ ਛੱ ਸਜੋ ਕਰੀ ਉਹ ਹੀ ਮੈਂ ਸਮਝਦਾ ਕਿ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ। ਆਖਿਰਲਾ ਸਵਾਲ ਅਕਾਲੀ ਦਲ ਉੱਤੇ ਇਲਜ਼ਾਮ ਲੱਗਦੇ ਨੇ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਕੰਮ ਨਹੀਂ ਕੀਤਾ। ਸਮਰਾਲੇ ਹਲਕੇ ਦੇ ਵਿੱਚ ਵੀ ਲੋਕ ਇਹ ਗੱਲ ਕਹਿੰਦੇ ਨੇ ਤੇ ਤੁਹਾਡੇ ਕੋਲ ਜਿਹੜੀ ਆਕਾਲੀ ਦਲ ਦੇ ਇੰਚਾਰਜ ਤੁਸੀਂ ਰਹੇ ਹੋ ਤੇ ਸਿੱਧਾ-ਸਿੱਧਾ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਜਦੋਂ ਉਹ ਸਰਕਾਰਾਂ 'ਚ ਸੀਗੇ ਕਿ ਤੁਸੀਂ ਉਦੋਂ ਕੰਮ ਨਹੀਂ ਕਰ ਸਕੇ ਤੇ ਹੁਣ ਤੁਸੀਂ ਫਿਰ ਕਹਿੰਦੇ ਜੀ ਅਸੀਂ ਆਮ ਆਦਮੀ ਪਾਰਟੀ ਜਾ ਕੇ ਵਿਕਾਸ ਕਰਾਂਗੇ ਨਹੀਂ ਜਿੰਨਾ ਦੇਖੋ ਕੋਈ ਵੀ ਐਮਐਲਏ ਹੁੰਦਾ ਐਮਐਲਏ ਚਾਹੁੰਦਾ ਹੁੰਦਾ ਕਿ ਮੇਰੇ ਜਿਹੜਾ ਹਲਕੇ ਦਾ ਵਿਕਾਸ ਹੋਵੇ ਜੋ ਸਾਨੂੰ ਫੰਡ ਆਉਂਦੇ ਰਹੇ ਨੇ ਇਨ ਬੈਨ ਅਸੀਂ ਜੋ ਇੱਥੇ ਭੇਜਦੇ ਵੀ ਰਹੇ ਆ ਔਰ ਮੈਂ ਸਮਝਦਾ ਕਿ ਅਸੀਂ ਅਸੀਂ ਵੀ ਬਹੁਤ ਵੱਡੀ ਪੱਧਰ ਤੇ ਵਿਕਾਸ ਕੀਤਾ ਹੋ ਰਿਹਾ ਨਹੀਂ ਕੀਤਾ ਹੋਣਾ ਲੇਕਿਨ ਮੈਂ ਸਮਝਦਾ ਕਿ ਜਿਹੜਾ ਸੜਕਾਂ ਬਣਾ ਦੇਣੀ ਹੈ ਗਲੀਆਂ ਨਾਲੀ ਬਣਾ ਇਹਨੂੰ ਵਿਕਾਸ ਨਹੀਂ ਕਹਿੰਦੇ ਲੋਕਾਂ ਨੂੰ ਜਿਹੜੀ ਆਮ ਲੋਕਾਂ ਦੀ ਰੋਜ਼ਮਰਾਂ ਦੇ ਕੰਮ ਨੇ ਚਾਹੇ ਉਹ ਹੈਲਥ ਦੀ ਗੱਲ ਆ ਚਾਹੇ ਉਹ ਐਜੂਕੇਸ਼ਨ ਦੀ ਗੱਲ ਆ ਜਾਂ ਹੋਰ ਕਈ ਤਰ੍ਹਾਂ ਦੀ ਸਹੂਲਤਾਂ ਨੇ ਜਿਹੜੀਆਂ ਉਹ ਮੈਂ ਸਮਝਦਾ ਕਿ ਇਹਨਾਂ ਸਰਕਾਰਾਂ ਨੇ ਨਹੀਂ ਦਿੱਤੀਆਂ ਸੜਕਾਂ ਬਣਾ ਦੇਣ ਗਲੀਆਂ ਵਿਕਾਸ ਨਹੀਂ ਕਹਿੰਦੇ ਇਹ ਆਮ ਆਦਮੀ ਪਾਰਟੀ ਜਿਵੇਂ ਦਿੱਲੀ ਦੇ ਵਿੱਚ ਕੀਤਾ ਲੋਕਾਂ ਨੂੰ ਬਹੁਤ ਵੱਡੀਆਂ ਸਹੂਲਤਾਂ ਮਿਲੀਆਂ ਨੇ ਤੀਜੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਬਣੇ ਨੇ ਮੈਂ ਸਮਝਦਾ ਕਿ ਵੱਡੀ ਪੱਧਰ ਤੇ ਉੱਤੇ ਵਿਕਾਸ ਕਰ ਸਕਦੀ ਹੈ ਜੀ ਸ਼ੁਕਰੀਆ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਸੋ ਗੱਲਬਾਤ ਕੀਤੀ ਜਗਜੀਤ ਸਿੰਘ ਖੀਰ ਨੀਉਂਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਵੱਲੋਂ ਸਮਰਥਨ ਦਿੱਤਾ ਗਿਆ ਤੇ ਹੁਣ ਪੰਜਾਬ ਨੂੰ ਬਦਲਾਅ ਦੇ ਵੱਲ ਲੈ ਕੇ ਜਾਣ ਦੀ ਗੱਲ ਕਰਦੇ ਨੇ ਕਹਿਣਾ ਹੈ ਕਿ ਭਾਵੇਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਹੁਣ ਤੇ ਗੱਲ ਪੰਜਾਬ ਦੀ ਹੋਵੇਗੀ ਪਰ ਇਸ ਤੋਂ ਪਹਿਲਾਂ ਵੀ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜਦੇ ਆ ਰਹੇ ਨੇ ਪਰ ਅਕਾਲੀ ਦਲ ਵੱਲੋਂ ਜਿਹੜੀ ਟਿਕਟ ਕੱਟ ਕੇ ਪਰਮਜੀਤ ਸਿੰਘ ਢਿੱਲੋਂ ਨੂੰ ਦਿੱਤੀ ਗਈ ਹੈ ਉਸ ਉੱਤੇ ਇਹਨਾਂ ਦਾ ਕਹਿਣਾ ਕਿ ਉਹ ਅਕਾਲੀ ਦਲ ਦੇ ਵੱਲੋਂ ਜਾਤੀ ਕੀਤੀ ਗਈ ਹੈ ਜੇਕਰ ਉਹਨਾਂ ਦੇ ਕੰਮ ਸੀ ਲੋਕ ਉਹਨਾਂ ਦੇ ਨਾਲ ਸੀ ਤਾਂ ਅਕਾਲੀ ਦਲ ਦੇ ਵੱਲੋਂ ਹੁਣ ਜਿਹੜਾ ਪਰਮਜੀਤ ਢਿੱਲੋਂ ਨੂੰ ਮੌਕਾ ਦਿੱਤਾ ਗਿਆ ਇਸ ਉੱਤੇ ਤਾਂ ਲੋਕ ਹੀ ਮੋਹਰ ਲਾਉਣਗੇ ਕਿ ਉਹ ਕਿਸ ਵੱਲ ਜਾਂਦੇ ਨੇ ਬਾਕੀ ਦੇਖਣਾ ਹੋਵੇਗਾ ਕਿ ਆਉਂਦੀ 20 ਫਰਵਰੀ ਨੂੰ ਪੰਜਾਬ ਦੇ ਲੋਕ ਆਪਣੇ ਇਲਾਕੇ ਦੇ ਕਿਸ ਉਮੀਦਵਾਰ ਨੂੰ ਜੇਤੂ ਬਣਾਉਂਦੇ ਨੇ